ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਜਲਦ ਪਾਰਟੀ ਫੈਸਲਾ ਕਰੇਗੀ ਕਿ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਕਿਨੂੰ ਦਿੱਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਫੁੱਲ ਟਾਈਮ ਇੱਕ ਪਾਰਟੀ ਨੂੰ ਨਵਾਂ ਪ੍ਰਧਾਨ ਚਾਹੀਦਾ ਹੈ ਤੇ ਮੈਂ 2017 ਤੋਂ ਪਾਰਟੀ ਦਾ ਪ੍ਰਧਾਨ ਰਿਹਾ ਇਸ ਕਰਕੇ ਕਿਸੇ ਨਵੇਂ ਵਲੰਟੀਅਰ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਮਨ ਦੇ ਵਿੱਚ ਅਜਿਹਾ ਕੋਈ ਨਾਮ ਨਹੀਂ ਹੈ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਕਿ ਕਿਸ ਨੂੰ ਕਿਹੜਾ ਮੌਕਾ ਕਿੱਥੇ ਦਿੱਤਾ ਜਾ ਸਕਦਾ ਉਨਾ ਇਹ ਵੀ ਜ਼ਿਕਰ ਕੀਤਾ ਕਿ ਸਾਡੀ ਪਾਰਟੀ ਜਦੋਂ ਅਹੁਦਾ ਦਿੰਦੀ ਹੈ ਨਾ ਤੇ ਧਰਮ ਦੇਖਦੀ ਹੈ ਨਾ ਜਾਤ ਦੇਖਦੀ ਹੈ ਨਾ ਪਾਤ ਦੇਖਦੀ ਹੈ ਜੇ ਦੇਖਦੀ ਹੈ ਤੇ ਕੰਮ ਦੇਖਦੀ ਹੈ ਜਿਹੜਾ ਵੀ ਕੰਮ ਚੰਗਾ ਕਰਿਆ ਹੋਊਗਾ ਪਾਰਟੀ ਉਹਨੂੰ ਆਮ ਆਦੀ ਪਾਰਟੀ ਦਾ ਨਵਾਂ ਸੁਭਾ ਪ੍ਰਧਾਨ ਨਿਯੁਕਤ ਕਰ ਦੇਵੇਗੀ ਮੁੱਖ ਮੰਤਰੀ ਭਗਵੰਤ ਮਾਨ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿੱਚ ਜਿਮਨੀ ਚੌਂ ਦੇ ਚੱਲਦੇ ਚੌਂ ਪ੍ਰਚਾਰ ਕਰਨ ਪ੍ਰੰਤ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਉੱਥੇ ਹੀ ਉਹਨਾਂ ਨੇ ਖਲਾਸਾ ਕੀਤਾ ਕਿ ਉਹ ਪਿਛਲੇ 2017 ਤੋਂ ਕਿ ਪਿਛਲੇ 17 ਸਾਲਾਂ ਤੋਂ ਉਹ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਹੁਣ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ ਜਿਸ ਕਰਕੇ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਹੈ ਹਾਈ ਕਮਾਂਡ ਨੂੰ ਵੀ ਦੱਸ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਇੱਕ ਹੁਣ ਫੁੱਲ ਟਾਈਮ ਜਿਹੜਾ ਵਾ ਪ੍ਰਧਾਨ ਥਾਪਿਆ ਜਾਵੇ ਜਿੱਥੇ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਜਿੰਨਾਂ ਕੋ ਮੁੱਖ ਮੰਤਰੀ ਦਾ ਅਹੁਦਾ ਵੀ ਹੈ ਉੱਥੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾਮ ਜਿਹੜੇ ਬਡਲਾੜਾ ਤੋਂ ਦੂਜੀ ਵਾਰ ਵਿਧਾਇਕ ਬਣੇ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਲਿਖੇ ਇਸ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਕ ਫੁੱਲ ਟਾਈਮ ਪ੍ਰਧਾਨ ਚਾਹੀਦਾ ਉਹ ਕਿਸ ਤਰ੍ਹਾਂ ਦਾ Hindu ਹੋਵੇ ਸਿੱਖ ਹੋਵੇ ਜੱਟ ਹੋਵੇ ਜਾਂ ਐਸਸੀ ਭਾਈਚਾਰੇ ਚੋਂ ਹੋਵੇ ਇਹ ਫੈਸਲਾ ਪਾਰਟੀ ਨੇ ਨਹੀਂ ਕਰਦੀ ਪਾਰਟੀ ਦੇ ਸਿਰਫ ਸਿਰ ਕੰਮ ਦੇਖਦੀ ਹੈ ਕੰਮ ਦੇ ਆਧਾਰ ਤੇ ਹੀ ਉਹ ਪਾਰਟੀ ਸੁਭਾ ਪ੍ਰਧਾਨ ਨਿਯੁਕਤ ਕਰੇਗੀ ਸਾਡੀ ਪਾਰਟੀ ਦੇ ਵਿੱਚ ਨਾ ਦੇ ਧਰਮ ਦੇਖਿਆ ਜਾਂਦਾ ਤੇ ਨਾ ਕਿਸੇ ਬੰਦੇ ਦੀ ਜਾਤ ਪਾਤ ਦੇਖੀ ਜਾ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਪੰਜਾਬ ਦੇ 3.5 ਕਰੋੜ ਲੋਕਾਂ ਦੇ ਰਾਖੇ ਨੇ ਇਸ ਕਰਕੇ ਉਹਨਾਂ ਕੋਲ ਇੱਕ ਬਤੌਰ ਮੁੱਖ ਮੰਤਰੀ ਦਾ ਅਹੁਦਾ ਵੀ ਹੈ ਕਾਫੀ ਜਿਹੜੇ ਮੈਹਿਕਮੇ ਵੀ ਉਹਨਾਂ ਕੋਲ 14-15 ਮੈਹਿਕਮੇ ਨੇ ਜਿਸ ਕਰਕੇ ਉਹਨਾਂ ਨੂੰ ਪੂਰਾ ਸਟੇਟ ਵੀ ਦੇਖਣਾ ਪੈਂਦਾ ਫਾਈਲਾਂ ਵੀ ਦੇਖਣੇ ਪੈਂਦੇ ਬਹੁਤ ਸਾਰੇ ਕੰਮ ਵੀ ਦੇਖਣੇ ਪੈਂਦੇ ਨੇ ਤੇ ਪਾਰਟੀ ਨੂੰ ਹੁਣ ਚਲਾਉਣ ਵਾਸਤੇ ਇੱਕ ਨਵੇਂ ਪ੍ਰਧਾਨ ਦੀ ਜ਼ਰੂਰਤ ਹੈ ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਪ੍ਰਧਾਨ ਲਗਾਇਆ ਜਾਵੇ ਕਿਉਂਕਿ ਪਾਰਟੀ ਸਾਡੀ ਆਮ ਆਦੀ ਪਾਰਟੀ ਹਰ ਇੱਕ ਨੂੰ ਮੌਕਾ ਦਿੱਤੀ ਉਸ ਤੋਂ ਪਹਿਲਾਂ ਸੁਚਾ ਸਿੰਘ ਛੋਟੇਪੁਰ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਫਿਰ ਗੁਰਪ੍ਰੀਤ ਸਿੰਘ ਗੁਗੀ ਹੋਣੀ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਅਮਨ ਰੋੜਾ ਵਰਕਿੰਗ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਡਾਕਟਰ ਬਲਬੀਰ ਸਿੰਘ ਹੋਣੀ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਤੇ ਹੁਣ 2017 ਤੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਥਾਪੀ ਹੋਈ ਹੈ ਤੇ ਪਰ ਹੁਣ ਮੈਂ ਮਹਿਸੂਸ ਕਰ ਰਿਹਾ ਕਿ ਪਾਰਟੀ ਨੂੰ ਚਲਾਉਣ ਵਾਸਤੇ ਇੱਕ ਫੁੱਲ ਟਾਈਮ ਪ੍ਰਧਾਨ ਨੁਕਤ ਕੀਤਾ ਜਾਵੇ ਕਿਉਂਕਿ ਪਾਰਟੀ ਪ੍ਰਧਾਨ ਤੇ ਸਰ ਮੁੱਖ ਮੰਤਰੀ ਇਹ ਅਹੁਦੇ ਵੱਖਰੇ ਵੱਖਰੇ ਨੇ ਜਿਸ ਕਰਕੇ ਜਿੱਥੇ ਮੁੱਖ ਮੰਤਰੀ ਦੀਆਂ ਬਥੇਰੀਆਂ ਜ਼ਿੰਮੇਵਾਰੀਆਂ ਨੇ ਉੱਥੇ ਪਾਰਟੀ ਪ੍ਰਧਾਨ ਦੀਆਂ ਆਪਣੀਆਂ ਬਥੇਰੀਆਂ ਜ਼ਿੰਮੇਵਾਰੀਆਂ ਹੋਣਗੀਆਂ ਤੇ ਜੇਹੀ ਸਥਿਤੀ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਪ੍ਰਧਾਨ ਥਾਪਣ ਦੀ ਹਾਈ ਕਮਾ ਨੂੰ ਸਿਫਾਰਿਸ਼ ਕੀਤੀ ਹੈ 227 ਦੀਆਂ ਵਿਧਾਨ ਸਭਾ ਚੋਣਾਂ ਦੀ ਲੱਗਦਾ ਕਿ ਆਮ ਆਦੀ ਪਾਰਟੀ ਨੇ ਤਿਆਰੀ ਕਰ ਲਈ ਉਸ ਤੋਂ ਪਹਿਲਾਂ ਹੀ ਇੱਕ ਵੱਡਾ ਬਦਲਾਅ ਕਰ ਜਾ ਰਹੀ ਆਮ ਆਦੀ ਪਾਰਟੀ ਜਿੱਥੇ ਸੂਬਾ ਪ੍ਰਧਾਨ ਨਵਾਂ ਥਾਪਿਆ ਜਾ ਸਕਦਾ ਉੱਤੇ ਹੋ ਸਕਦਾ ਹੈ ਕਿ ਜ਼ਿਲ੍ਹਾ ਲੈਵਲ ਦੇ ਪ੍ਰਧਾਨ ਵੀ ਉਹ ਨਵੇਂ ਥਾਪੇ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਨੇ ਪਹਿਲੇ ਹੀ ਬੜਾ ਤਿਆਰਬਾ ਕੀਤਾ ਮਾਝੇ ਜ਼ੋਨ ਦਾ ਦਬਾਬੇ ਜ਼ੋਨ ਦਾ ਮਾਲਵੇ ਜ਼ੋਨ ਦੇ ਜਿਹੜੇ ਪ੍ਰਧਾਨ ਉਹ ਜਿਹੜਾ ਫਾਰਮੂਲਾ ਸੀ ਉਹ ਪਾਰਟੀ ਨੂੰ ਬਹੁਤ ਵਧੀਆ ਰਾਸ ਹੈ ਤੇ ਹੁਣ ਅਜਿਹੀ ਵਿਉਂਤਬੰਦੀ ਦੇ ਨਾਲ ਇੱਕ ਫੁੱਲ ਟਾਈਮ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈਗਾ ਉਹਨਾਂ ਨੇ ਕਿਹਾ ਕਿ ਫੈਸਲਾ ਹਾਈ ਕਮਾਂਡ ਨੇ ਕਰਨਾ ਮੇਰਾ ਵਿਚਾਰ ਨਹੀਂ ਹੈ ਕਿ ਕੌਣ ਪਾਰਟੀ ਕਿਸ ਨੂੰ ਨਵਾਂ ਪ੍ਰਧਾਨ ਥਾਪੇ ਇਹ ਫੈਸਲਾ ਪਾਰਟੀ ਨੇ ਕਰਨਾ ਹਾਈ ਕਮਾਂਡ ਨੇ ਕਰਨਾ ਤੇ ਜਸ ਕਰਕੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਹੁਣ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਰਹੇ ਨੇ ਜਿੱਥੇ ਤੱਕ ਸਵਾਲ ਹੈ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਚਾਰੇ ਸੀਟਾਂ ਤੇ ਜਬਰਦਸਤ ਪਰਫਾਰਮੈਂਸ ਦੇਰੀਆ ਹੋਰ ਅਸੀਂ ਮੈਂ ਖੁਦ ਪੌਣੇ 3 ਸਾਲਾਂ ਦੀ ਸਰਕਾਰ ਦਾ ਲੇਖਾ ਜੋਖਾ ਲੈ ਕੇ ਇਨ੍ਹਾਂ ਹਲਕਿਆਂ ਦੇ ਵਿੱਚ ਜਾ ਰਿਹਾ ਚਾਹੇ ਡੇਰਾ ਬਾਬਾ ਨਾਨਕ ਵਿੱਚ ਆਏ ਚੱਬੇਵਾਲ ਹੋਵੇ ਚਾਹੇ ਬਰਨਾਲਾ ਹੋਵੇ ਚਾਹੇ ਗਿੱਦੜਬਾ ਹੋਵੇ ਉਹਨੇ ਕਿਹਾ ਕਿ ਜੋ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸਿਆ ਜਾਊਗਾ ਕਿ ਹੁਣ ਤੱਕ ਪੰਜਾਬ ਦੀ ਜਨਤਾ ਵਾਸਤੇ ਕੀ ਕੁਝ ਕੀਤਾ ਜਿਤਕ ਸਵਾਲ ਉਹਨੇ ਕਿਹਾ ਕਿ ਪਾਰਟੀ ਹਰ ਸੀਟ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਲੜ ਰਹੀ ਹੈ ਚਾਹੇ ਉਹ ਫਿਰ ਗਿੱਦੜਬਾ ਹੋਵੇ ਚਾਹੇ ਫਿਰ ਡੇਰਾ ਬਾਬਾਦਾਨ ਹੋਵੇ ਇਹ ਤੇ ਰਿਜ਼ਲਟ 23 ਨਵੰਬਰ ਨੂੰ ਪਤਾ ਲੱਗੇਗਾ ਕਿ ਪਾਰਟੀ ਕਿੰਨੀ ਲੀਡ ਦੇ ਨਾਲ ਜਿਹੜੀਆਂ ਇਹ ਸੀਟਾਂ ਜਿੱਤਦੀ ਹੈ ਜਿੱਥੇ ਤਾਂ ਕਿ ਸ਼੍ਰੋਮਣੀ ਕਾਲੀ ਦਲੇ ਸਵਾਲ ਬਾਰੇ ਪੁੱਛਿਆ ਗਿਆ ਕਿ ਆਖਰ ਉਹ ਚੋਣ ਮੈਦਾਨ ਦੇ ਵਿੱਚ ਉਹਨਾਂ ਪੱਜਗੀਆ ਉਹਦੇ ਮਸਲੇ 'ਚ ਮੁੱਖ ਮੰਤਰੀ ਭਗਵੰਤਬਾ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰਤ ਸਿਰਮੁਨੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੂੰ ਤਨਖਾਈਆ ਕੋਸ਼ਿਸ਼ ਕੀਤਾ ਗਿਆ ਸੀ ਉਹਨਾਂ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਮਿਲਣ ਜੁਲਣ ਦੀ ਪਾਬੰਦੀ ਲੱਗੀ ਸੀ ਨਾ ਕਿ ਸ਼੍ਰੋਮਨੀ ਕਾਲੀ ਦਲ ਪਾਰਟੀ ਤੇ ਉਹਨਾਂ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ 105 ਸਾਲ ਪੁਰਾਣੀ ਪਾਰਟੀ ਕੋ ਅੱਜ ਪ੍ਰਧਾਨ ਵੀ ਉਹ ਨਹੀਂ ਆਪਣੇ ਪੈਦਾ ਕਰ ਸਕਿਆਗੇ ਸੁਬੀਸ਼ ਸਿੰਘ ਬਾਦਲ ਨੂੰ ਲੈ ਕੇ ਚਲਦੇ ਨੇ ਜਦਕਿ ਸੁਬੀਸ਼ ਸਿੰਘ ਬਾਦਲ ਹੋਣੀ ਕੋਦੇ ਤਨਖਾਈਏ ਕੋਸ਼ਿਸ਼ ਕੀਤੇ ਜਾ ਚੁਕੇ ਉਹਨੇ ਕਹਿਆ ਕਿ ਅਸਲ ਵਿੱਚ ਪਾਰਟੀ ਦੇ ਵਿੱਚ ਕ੍ਰਾਈਸਿਸ ਆ ਔਰ ਕਿਉਂਕਿ ਗਲਤੀ ਜਿਹੜੀ ਆ ਉਹ ਗਲਤੀ ਦੀ ਮਾਫੀ ਮਿਲਦੀ ਆ ਨਾ ਕਿ ਗੁਨਾਹ ਦੀ ਔਰ ਸ਼ਰਮ ਨਿਕਾਲੀ ਦਲ ਦੇ ਬਹੁਤ ਵੱਡੇ ਗੁਨਾਹ ਕੀਤੇ ਨੇ ਉਹਨਾਂ ਕਹਿਆ ਕਿ ਸ਼ਰਮ ਨਿਕਾਲੀ ਦਲ ਤੇ ਉਹ ਹਾਲਾਤ ਹੋ ਗਏ ਨੇ ਕਿ ਰੱਬ ਚਪੇੜ ਦੀ ਮਾਰ ਦਾ ਇੱਕ ਸੋਨੀ ਮਾਰਦਾ ਜੇ ਮਾਰਦਾ ਤੇ ਬੰਦੇ ਦੀ ਮੱਤ ਮਾਰਦਾ ਸ਼ਰਮ ਨਿਕਾਲੀ ਦਲ ਦਾ ਉਹ ਹਾਲਾਤ ਨੇ ਕਿ ਇਹਨਾਂ ਦੇ ਜਿਹੜੀ ਆ ਉਹ ਜਿਹੜੀ ਆ ਮੱਤ ਮਾਰ ਗਈ ਆ ਉਹਨੇ ਕਹਿਆ ਕਿ ਸ਼ਰਮ ਨਿਕਾਲੀ ਦਲ ਮદાન ਛੱਡ ਕੇ ਭੱਜ ਜਦ ਕੇ ਕਾਲ ਤਖਸਾਲ ਦੇ ਜਥੇਦਾਰ ਬੋਲੋ ਸਿਰਫ ਇਹ ਕਿ ਆ ਗਿਆ ਸੀ ਕਿ ਪਾਰਟੀ ਤੇ ਕੋਈ ਪਾਬੰਦੀ ਨਹੀਂ ਆ ਸਿਰਫ ਤੇ ਸਿਰ ਜਿਹੜੀ ਪਾਬੰਦੀ ਆ ਉਹ ਸੁਭੀ ਸਿੰਘ ਬਾਦਲ ਤੇ ਉਹਨਾਂ ਨੇ ਕਿ ਆਮਾਦੀ ਪਾਰਟੀ ਇੱਕ ਬਹੁਤ ਵੱਡੀ ਪਾਰਟੀ ਬਣ ਚੁੱਕੀ ਹੈ ਹੁਣ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਆਮਾਦੀ ਪਾਰਟੀ ਦਾ ਇੱਕ ਐਮਐਲਏ ਬਣ ਚੁੱਕਾ ਡੋਡਾ ਤੋਂ ਇਸ ਤੋਂ ਲਵਾ ਪੰਜਾਬ ਸਰਕਾਰ ਦਿੱਲੀ ਦੀ ਸਰਕਾਰ ਸ਼ਸਰੋਲੀ ਦੇ ਵਿੱਚ ਮੇਅਰ ਦਿੱਲੀ ਦੇ ਵਿੱਚ ਮੇਅਰ ਚੰਡੀਗੜ੍ਹ ਦੇ ਵਿੱਚ ਮੇਅਰ ਗੋਆ ਦੇ ਵਿੱਚ ਐਮਐਲਏ ਗੁਜਰਾਤ ਦੇ ਵਿੱਚ ਐਮਐਲਏ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਔਰ ਹਲੇ ਸਿਰਫ ਪਾਰਟੀ ਨੂੰ 10 12 ਸਾਲ ਹੋਏ ਨੇ ਜਿਸ ਤੇਜ਼ੀ ਦੇ ਨਾਲ ਜਿਸ ਸਪੀਡ ਦੇ ਨਾਲ ਪਾਰਟੀ ਦੇਸ਼ ਭਰ ਦੇ ਵਿੱਚ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣ ਚੁੱਕੀ ਹੈ ਤੇ ਉਸ ਤੋਂ ਅੰਦਾਜ਼ਾ ਇਹ ਲੱਗ ਰਿਹਾ ਸੈਜੇ ਕਿ ਆਮਾਦੀ ਪਾਰਟੀ ਦੀਆਂ ਸਰਕਾਰ ਦੀਆਂ ਨੀਤੀਆਂ ਲੋਕੀ ਪਸੰਦ ਕਰੇ ਲੇਕਿਨ ਕੁੱਲ ਮਿਲਾ ਕੇ ਜਿਹੜੀ ਇਸ ਟਾਈਮ ਜਿਹੜੀ ਉਹਨੇ ਵੱਡੀ ਜਿਹੜੀ ਗੱਲ ਕੀਤੀ ਹੈ ਕਿ ਉਹ ਬਤੌਰ ਆਮਾਦੀ ਪਾਰਟੀ ਪ੍ਰਧਾਨ ਜਿਹੜਾ ਵਾ ਉਹ ਅਹੁਦਾ ਛੱਡ ਰਹੇ ਨੇ ਉਹਨਾਂ ਕਿਹਾ ਕਿ ਕਿਉਂਕਿ ਜਿਵੇਂ ਹਾਲ ਹੀ ਅਸੀਂ ਚਾਰ ਨਵੇਂ ਮੰਤਰੀ ਸ਼ਾਮਲ ਕੀਤੇ ਨੇ ਚੰਗਾ ਕੰਮ ਕਰ ਰਹੇ ਨੇ ਔਰ ਅਜੀਸ ਜੀ ਜਿਹਨੂੰ ਪਾਰਟੀ ਦਾ ਨਵਾਂ ਪ੍ਰਧਾਨ ਥਾਪਿਆ ਜਾਏਗਾ ਤੇ ਉਮੀਦ ਹੈ ਕਿਉਂਕਿ ਪਾਰਟੀ ਸਾਡੇ ਜਿਹੜੇ ਨੇ ਤਿਆਰੀ ਕਰ ਰਹੀ ਹੈ ਔਰ ਕਿਉਂਕਿ ਮੈਂ ਬਤੌਰ ਮੁੱਖ ਮੰਤਰੀ ਜਿੱਥੇ ਸਾਰੀ ਸਰਕਾਰ ਦੇਖਣੀ ਹੁੰਦੀ ਹੈ ਮੇਰੇ ਕੋ ਖੁਦ ਕੋ ਵੀ 13 14 ਮੈਕਮੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਦੀ ਫਾਈਲਾਂ ਹੁੰਦੀ ਹੈ ਵੱਡੇ ਲੈਵਲ ਤੇ ਡਿਸੀਜਨ ਵੀ ਕਰਨੇ ਹੁੰਦੇ ਨੇ ਇਸ ਕਰਕੇ ਜਿਹੜਾ ਫੈਸਲਾ ਵਾ ਇਹ ਹੁਣ ਪਾਰਟੀ ਤੱਕ ਜਿਹੜਾ ਉਹਨਾਂ ਨੇ ਸਨੇਹਾ ਲਾ ਦਿੱਤਾ ਹੈ ਕਿ ਜਲਦ ਇਹ ਡ ਪ੍ਰਧਾਨ ਇਹ ਜਿਹੜਾ ਵਾ ਨਵਾਂ ਥਾਪਿਆ ਜਾਵੇ ਉਹਨਾਂ ਇਸ ਗੱਲ ਤੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਇਹ ਜਿਮਨੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਥਾਪਿਆ ਜਾਏਗਾ ਜਾਂ ਬਾਅਦ ਪਰ ਉਹਨਾਂ ਕਹਿ ਕੇ ਜੋ ਵੀ ਕੁਝ ਫੈਸਲਾ ਕਰਨਾ ਇਹ ਆਮ ਆਦਮੀ ਪਾਰਟੀ ਨੇ ਕਰਨਾ ਹੁਣ ਕੋਲ ਮਿਲਾ ਕੇ ਇਹ ਸਪਸ਼ਟ ਹੋ ਚੁੱਕੀ ਹੈ ਗੱਲ ਕਿ ਭਗਵੰਤ ਮਾਨ ਹੁਣ ਬਤੌਰ ਪ੍ਰਧਾਨ ਅਹੁਦਾ ਛੱਡ ਰਹੇ ਨੇ ਉਹ ਦੇ ਦੇਗੇ ਨਵਾਂ ਪ੍ਰਧਾਨ ਆਮ ਆਦੀ ਪਾਰਟੀ ਕੀ ਕਿਸੇ ਹਿੰਦੂ ਭਾਈਚਾਰੇ ਚੋਂ ਕਿਸੇ ਪ੍ਰਧਾਨ ਲਗਾਏਗੀ ਜਾਂ ਐਸਸੀ ਭਾਈਚਾਰੇ ਚੋਂ ਜਾਂ ਬੀਸੀ ਭਾਈਚਾਰੇ ਚੋਂ ਕਿਸੇ ਇੱਕ ਨੂੰ ਫੁੱਲ ਪ੍ਰਧਾਨਗੀ ਦਾ ਅਹੁਦਾ ਦੇ ਗਏ ਚਾਹੇ ਬੁਖਮੰਦੀ ਭਗਵੰਤ ਬਣ ਕੇ ਕਿ ਸਾਡੀ ਪਾਰਟੀ ਜਾਤ ਪਾਤ ਜਾਂ ਧਰਮ ਨਹੀਂ ਦੇਖਦੀ ਪਰ ਸਿਆਸਤ ਦੇ ਵਿੱਚ ਇਸ ਚੀਜ਼ ਨੂੰ ਅੱਖੋਂ ਪਰੋਲੇ ਕੀਤਾ ਹੀ ਨਹੀਂ ਜਾ ਸਕਦਾ ਤੇ ਲਾਜ਼ਮੀ ਤੌਰ ਤੇ ਹੁਣ ਆਮ ਆਦੀ ਪਾਰਟੀ ਜਿਸ ਨੂੰ ਵੀ ਪ੍ਰਧਾਨ ਬਣਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਕਿਸੇ ਪੰਜਾਬ ਦੇ ਵਿੱਚ ਹਿੰਦੂ ਚਿਹਰੇ ਨੂੰ ਜਾਂ ਹਿੰਦੂ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਵਿੱਚ ਕਿਸੇ ਹਿੰਦੂ ਨੂੰ ਪ੍ਰਧਾਨ ਆਮ ਆਦੀ ਪਾਰਟੀ ਬਣਾ ਸਕਦੀ ਆ ਉਹਦੇ ਨਾਲ वर्किंग प्रेसिडेंट ਵੀ ਬਣੇ ਰਹਿਣਗੇ ਪਰ ਫਰਾਲ ਆਮ ਆਦੀ ਪਾਰਟੀ ਨੇ ਫੈਸਲਾ ਕਰਨਾ ਉਧਰ ਮੁੱਖ ਮੰਤਰੀ ਨੇ ਤੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਬਤੌਰ ਪਾਰਟੀ ਪ੍ਰਧਾਨ ਅਹੁਦਾ ਛੱਡ ਰਹੇ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ